ਦੁਨੀਆ ਮੇਰੇ ਨਾਂ ਤੇ ਚੱਲਦੀਆਂ ਨੇ ਜਗਤਾਸ ਨੇ ਸਟicker ਦੇਖੋ ਮੈਂ ਸਿਰ ਇਹੀ ਪਤਾ ਕਰਨ ਲੱਗਿਆ ਯਾਰ ਮੇਰੇ ਨਾਂ ਤੇ ਤਿੰਨ ਸਟicker ਕਿਵੇਂ ਲੱਗ ਗਏ ਵੀ ਜਗਤਾਸ ਨੇ ਜਲਪ੍ਰੀਤ ਦੀ ਗੱਡੀ ਹੈ ਹਨਾ ਕਿਉਂਕਿ ਮੈਨੂੰ ਲੱਗਦਾ ਵੀ ਨੇ ਮੈਨੂੰ ਪਛਾਣਿਆ ਵੀ ਨਹੀਂ ਹੈਗਾ ਵੀ ਜਗਤਾਸ ਨੇ ਜਲਪੁਰਾ ਆਪਰਾ ਦੇ ਦੇਖੋ ਕੋਈ ਤੋਂ ਬੰਦਾ ਪਾਚੀ ਬਾੜੇ ਤੋਂ ਆਈ ਕੀ ਨਾਮ ਉਹ ਕੀ ਇਹਦਾ ਮੇਰਾ ਚਾਚਾ ਹੈ ਹਾਂ ਜੀ ਮੈਂ ਲਵਾ ਕੇ ਦੂੰਗਾ ਮਹਿੰਗੀਆਂ ਗੱਡੀਆਂ ਦੇ ਉੱਤੇ ਵਿਧਾਇਕ ਦੇ ਨਾਮ ਦੇ ਜਾਲੀ ਸਟicker ਲਗਾ ਕੇ ਘੁੰਮਣ ਵਾਲਿਆਂ ਦੇ ਉੱਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਵੱਲੋਂ ਰੇਡ ਮਾਰੀ ਗਈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵਿਧਾਇਕ ਦਿਆਲਪੁਰਾ ਦੇ ਨਾਮ ਦਾ ਸਟicker ਗੱਡੀਆਂ ਉੱਤੇ ਲਗਾਇਆ ਹੋਇਆ ਸੀ, ਜਦਕਿ ਇਹਨਾਂ ਨੌਜਵਾਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਵਿਧਾਇਕ ਦਿਆਲਪੁਰਾ ਹੈ ਕੌਣ ਹੈ। ਸਾਨੂੰ ਇੱਕ ਜਾਣਕਾਰੀ ਮਿਲੀ ਹੈ ਵੀ ਤੁਹਾਡੇ ਸ਼ਹਿਰ ਦੇ ਵਿੱਚ ਤਿੰਨ ਗੱਡੀਆਂ ਮੇਰੇ ਨਾਂ ਤੇ ਚੱਲਦੀਆਂ ਨੇ, ਜਗਤਾਰ ਸਿੰਘ ਸਟicker ਦੇਖੋ ਰੱਬ ਲੱਗ ਰੱਬ ਲੱਗਦੀ ਹੈ। ਇੱਥੇ ਉਹੀ ਪੁਰਾਣੇ ਬੰਦੇ ਬਦਨਾਮੀਆਂ ਕਰਨ ਵਾਸਤੇ ਜੁਟੇ ਹੋਏ ਨੇ, ਜਿਹੜੀ ਸੱਚਾਈ ਆ ਮੈਨੂੰ ਪਤਾ ਲੱਗਿਆ। ਦੇਖੋ ਮੇਰਾ ਸ਼ਹਿਰ ਮੈਨੂੰ ਲਗਭਗ ਮਤਲਬ ਇਹ ਜਿਹੜੀ ਜਾਣਕਾਰੀ ਹੈ ਲਗਭਗ ਹਫ਼ਤਾ ਹੋ ਗਿਆ ਤੁਹਾਡੇ ਨਾਂ ਤੇ ਵੀ ਤਿੰਨ ਗੱਡੀਆਂ ਨੂੰ ਸਟicker ਲੱਗੇ ਹੋਏ ਨੇ ਇੱਥੇ। ਮੈਂ ਸਿਰਫ ਇਹੀ ਪਤਾ ਕਰਨ ਲੱਗਿਆ ਯਾਰ ਮੇਰੇ ਨਾਂ ਤੇ ਤਿੰਨ ਸਟicker ਕਿਵੇਂ ਲੱਗ ਗਏ। ਵੱਡੀ ਗੱਲ ਵੱਡੀ ਗੱਲ ਬਹੁਤ ਵੱਡੀ ਗੱਲ ਜੇ ਰੱਬ ਲੱਗਦੀ ਹੈ। ਹਾਂ ਰੱਬ ਲੱਗਦੀ ਕਹਾਣੀ ਦੇਖੋ ਬੜਾ ਸਲਾ ਇਹ ਲੱਗਦਾ ਵੀ ਕਹਾਣੀ ਵੀ ਅਸੀਂ ਚਲੋ ਜਿੰਮੀ ਵੀ ਆਏ ਅਸੀਂ ਆਮ ਪਰਿਵਾਰ ਚੋਂ ਆਏ ਹਨਾ, ਪਰ ਜਦੋਂ ਸਾਡੀ ਬਦਨਾਮੀਆਂ ਹੁੰਦੀਆਂ ਨੇ ਸਾਡੇ ਨਾਂ ਲੈ ਕੇ ਹੁੰਦੇ ਨੇ ਆ ਸਭ ਤੋਂ ਵੱਡੀ ਕਹਾਣੀ ਹੈ। ਮੈਂ ਤੁਹਾਨੂੰ ਉਹ ਨਹੀਂ ਕਰਦਾ ਕਿ ਤੁਹਾਡੀਆਂ ਗੱਡੀਆਂ ਸਟicker ਲੱਗੇ ਨੇ, ਅਸੀਂ ਸਿਰਫ ਇਹੀ ਪਤਾ ਕਰਨਾ ਵੀ ਉਹ ਸ਼ਖਸ ਕਿਹੜੇ ਨੇ ਜਿਹੜੀਆਂ ਤੁਹਾਡੀਆਂ ਗੱਡੀਆਂ ਦੇ ਸਟicker ਲਵਾ ਕੇ ਦਿੱਤਾ ਇਹਨਾਂ ਨੂੰ। ਠੀਕ ਆ, ਐਡੀ ਕਹਾਣੀ ਆ। ਹੁਣ ਤੁਸੀਂ ਵੀ ਕਿਹਾ ਕੌਣ ਹੁਣ ਜਿਵੇਂ ਤੁਸੀਂ ਕਿਹਾ ਵੀ ਜਗਤਾਰ ਸਿੰਘ ਦਿਆਲਪੁਰੇ ਦੀ ਗੱਡੀ ਹੈ ਹਨਾ, ਕਿਉਂਕਿ ਮੈਨੂੰ ਲੱਗਦਾ ਵੀ ਨੇ ਮੈਨੂੰ ਪਛਾਣਿਆ ਵੀ ਨਹੀਂ ਹੈਗਾ ਵੀ ਜਗਤਾਰ ਸਿੰਘ ਦਿਆਲਪੁਰਾ। ਸਰ ਸਾਨੂੰ ਨਾ ਉਹਨਾਂ ਨੇ ਤੁਹਾਡਾ ਨਾਮ ਦੇ ਕੇ ਕਹਿੰਦੇ ਤੁਹਾਡੇ ਦੇ ਭਤੀਜੇ ਨੇ। ਮੈਂ 100% ਸਹਿਮਤ ਹਾਂ ਉਹਨਾਂ ਨੇ, ਮੈਂ ਤਾਂ ਇਹੀ ਕਹਿੰਦਾ ਵੀ ਤੁਸੀਂ ਤਾਂ ਮੈਨੂੰ ਜਾਣਦੇ ਵੀ ਨਹੀਂ ਹੈਗੇ ਯਾਰ ਵੀ ਆ ਦਿਆਲਪੁਰਾ ਖੜਾ। ਮੈਂ ਤਾਂ ਯਾਰ ਵੀ ਸਾਨੂੰ ਉਹ ਕਹਿੰਦੇ ਸਾਡੇ ਚਾਚਾ ਹੈ ਚਾਚੇ ਜਾਣੀ ਇਹਦਾ ਵੱਖਰੀ ਗੱਲ ਆ। ਮੇਰੇ ਪਰਿਵਾਰ ਦੇ ਵਿੱਚ ਦੋ ਮੁੰਡੇ ਸਟicker ਲੱਗਿਆ। ਬੇਨਤੀ ਕਰੋਗੇ ਮੇਰੀ ਆ ਜਾ ਕਿੰਨੀ ਤਿੰਨ ਗੱਡੀਆਂ ਸਟicker ਲੱਗੇ ਨੇ ਆਪਣੇ ਨਾਲ? ਚਾਬੀ ਦਾ ਬਲੇ ਨਾ 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 ਮੇਰੇ ਕੋਲ ਜਿਹੜੀ ਫਾਰਚੂਨਰ ਕਲੀਨ ਲਈ ਆਪਣੇ ਕੋਲ ਸਕਰੀਨਸ਼ਾਟ ਵੀ ਹੈ। ਚਾਬੀ ਲਾਓ ਇੱਕ ਸਾਥ ਚਾਬੀ ਲਾਓ ਚਾਬੀ ਲਾ ਥਾਰ ਦੇ ਕਿੱਥੇ ਬਾਈ ਬੰਦੇ ਬਾਈ ਸਾਹਿਬ ਕੋਈ ਕੱਢ ਜੋ ਨਾ ਫੋਨ ਆ ਦੇ ਦੋ ਆਪ ਨਾ 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 ਪੰਜਾਬ ਸਾਹਿਬ ਫਾਰਚੂਨਰ ਦੇ ਉੱਪਰ ਵੀ ਲੱਗਿਆ ਹੋਇਆ ਭਰਾਵਾ ਤਿੰਨ ਦੇ ਤਿੰਨ ਗੱਡੀਆਂ ਸਾਡੇ ਕੋਲ ਨੰਬਰ ਦੇ ਦੋ ਬਾਈ ਜੀ ਆ ਚਾਬੀ ਲੈ ਯਾਰ ਉਹਦੀ ਥਾਰ ਦੀ ਚਾਬੀ ਦਾ ਲਿਆ ਦੋ ਪਹਿਲਾਂ ਸਭ ਕੁਝ ਮਿਲ ਜੂਗਾ ਸਭ ਕੁਝ ਲਿਆਓ ਪਹਿਲਾਂ ਲੈ ਸਕਾਰਪੀਆ ਮੰਗਾ ਫੋਨ ਕਰਕੇ ਲੈ ਲਓ ਸਾਹਿਬ 2 ਮਿੰਟ ਸਕਾਰਪੀਓ ਵੀ ਮੰਗਾ ਲਓ ਗੱਡੀ ਫੋਨ ਕਰਕੇ ਸਮਝਦਾ ਸਿਰਫ ਉਹੀ ਆ ਜਿਹੜੇ ਬੰਦੇ ਵਿੱਚ ਬੈਠ ਕੇ ਵਿਧਾਇਕ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਉਹਨਾਂ ਦੇ ਨਾਮ ਦਾ ਜਾਲੀ ਸਟicker ਗੱਡੀਆਂ ਉੱਤੇ ਲਗਾ ਕੇ ਉਸਦਾ ਨਾਮ ਖਰਾਬ ਕੀਤਾ ਜਾ ਰਿਹਾ ਸੀ। ਲਗਾਤਾਰ ਇਸ ਸੰਬੰਧੀ ਸ਼ਿਕਾਇਤਾਂ ਵੀ ਮਿਲ ਰਹੀਆਂ ਸੀ, ਜਿਸ ਤੋਂ ਬਾਅਦ ਉਹਨਾਂ ਖੁਦ ਰੇਡ ਮਾਰ ਕੇ ਜਾਲੀ ਸਟicker ਗੱਡੀਆਂ ਉੱਤੇ ਲਾਉਣ ਵਾਲੇ ਵਿਅਕਤੀਆਂ ਨੂੰ ਲੱਭਿਆ। ਵਿਧਾਇਕ ਜੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਤੁਸੀਂ ਅਤੇ ਮਜ਼ਦੂਰ ਦੋ ਗੱਡੀਆਂ ਫੜੀਆਂ ਗਈਆਂ ਨੇ
ਦੱਸਿਆ ਜਾ ਰਿਹਾ ਕਿ ਤੁਹਾਡੇ ਸਟicker ਲੱਗੇ ਹੋਏ ਸੀ, ਕੀ ਹੈ ਪੂਰਾ ਮਾਮਲਾ? ਅਸਲ ਦੇ ਵਿੱਚ ਲਗਭਗ ਹਫ਼ਤੇ ਦੇ ਕਰੀਬ ਇੱਕ ਮਾਮਲਾ ਮੇਰੇ ਧਿਆਨ 'ਚ ਆਇਆ ਸੀਗਾ ਵੀ ਲੁਧਿਆਣਾ ਸ਼ਹਿਰ ਦੇ 49 ਨੰਬਰ ਸੈਕਟਰ ਦੇ ਵਿੱਚ ਨਾ ਇੱਕ ਪਰਿਵਾਰ ਦੇ ਵਿੱਚ ਤਿੰਨ ਗੱਡੀਆਂ ਸਟਿੱਕਰ ਹੈ ਜਿਹੜਾ ਐਮ ਐਲ ਏ ਨਾਂ ਦੇ ਸਟਿੱਕਰ 'ਤੇ ਲੱਗ ਕੇ ਘੁੰਮ ਰਹੀਆਂ ਨੇ ਵੀ ਜਗਤਾਰ ਸਿੰਘ ਦਿਆਲਪੁਰੇ ਦੇ ਨਾਂ 'ਤੇ ਲੱਗ ਕੇ ਘੁੰਮ ਰਹੀਆਂ ਨੇ। ਅਤੇ ਜਦੋਂ ਮੈਨੂੰ ਪਤਾ ਲੱਗਿਆ, ਪਰ ਮੈਨੂੰ ਇਹ ਸੀਗਾ ਵੀ ਗੱਡੀਆਂ ਘਰ ਵੀ ਹੋਣੀ ਚਾਹੀਦੀ ਨੇ, ਹੈ ਨਾ, ਉਦੋਂ ਤੋਂ ਬਾਅਦ ਸੁਝੇ ਵੀ ਸੀ ਕਿ ਕੱਲ੍ਹ ਮੈਨੂੰ ਪੱਕਾ ਪਤਾ ਲੱਗਿਆ ਵੀ ਜਿਹੜੀਆਂ ਦੋ ਗੱਡੀਆਂ ਨੇ ਉੱਥੇ ਹਾਜ਼ਰ ਖੜੀਆਂ ਨੇ, 30 ਗੱਡੀਆਂ ਉਹਨਾਂ ਦੀ ਗਈ ਹੋਈ ਸੀ। ਅਤੇ ਮੌਕੇ 'ਤੇ ਮੈਂ ਉੱਥੇ ਐਸ ਐਚ ਓ ਡਿਵੀਜ਼ਨ ਨੰਬਰ 7 ਦੇ ਜਿਹੜੇ ਹੈਗੇ ਸੀ ਉਹਨਾਂ ਨੂੰ ਫੋਨ ਕੀਤਾ ਵੀ ਮਾੜਾ ਜੀ ਆਇਓ, ਕੋਈ ਰੇਡੀਡਾ ਨਹੀਂ ਆ ਸੀ। ਅਤੇ ਜਦੋਂ ਅਸੀਂ ਮੌਕੇ 'ਤੇ ਗਏ ਤਾਂ ਉਸ ਪਰਿਵਾਰ ਦੇ ਵਿੱਚ ਮਤਲਬ ਦੋ ਗੱਡੀਆਂ ਜਿਹੜੀਆਂ ਹਾਜ਼ਰ ਖੜੀਆਂ ਸੀਗੀਆਂ ਜਿਹਦੇ ਉੱਪਰ ਸਟਿੱਕਰ ਲੱਗੇ ਸੀ ਮੇਰੇ ਨਾਂ ਦੇ, ਉਹ ਬਰਾਮਦ ਕੀਤੀਆਂ ਉੱਥੇ। ਅਤੇ ਨਾਲ ਦੀ ਨਾਲ ਅਸੀਂ ਦੇਖਿਆ ਵੀ ਜਿਹੜੇ ਬੰਦਾ ਹੋਰ ਸੀਗਾ ਮਤਲਬ ਉਹਨੂੰ ਵੀ ਅਸੀਂ ਨਾਲ ਚੁਕਾਇਆ ਜਿੱਥੋਂ ਉਹ ਸਟਿੱਕਰ ਲੈਂਦੇ ਸੀਗੇ। ਲਗਭਗ ਕਈ ਗੱਡੀਆਂ ਸਟਿੱਕਰ ਲੱਗੇ ਹੋਏ ਸੀਗੇ ਜਿਹੜੇ ਮੈਂ ਰਾਤੀ ਦੇਰ ਰਾਤੀ ਆਇਆ ਉੱਥੋਂ ਐਸ ਓ ਸਾਹਿਬ ਦੇ ਧਿਆਨ 'ਚ ਮਾਮਲਾ ਸਾਹਿਬ ਲੈ ਕੇ ਉਹਨਾਂ ਕੋਲ ਤਸਦੀਕ ਕਰਕੇ ਮੁਕੱਦਮਾ ਦਰਜ ਕਰ ਦਿਓ। ਅਤੇ ਅੱਜ ਮੈਨੂੰ ਪਤਾ ਲੱਗਿਆ ਵੀ ਮੁਕੱਦਮਾ ਜਿਹੜਾ ਦਰਜ ਹੋ ਚੁੱਕਿਆ ਉਹਨਾਂ 'ਤੇ। ਕੀ ਲੱਗਦਾ ਹੈ ਕਿ ਸਟਿੱਕਰ ਲਗਾਏ ਹੋਏ ਸੀ? ਦੇਖੋ ਇਹ ਸਾਰਾ ਤਾਂ ਹੀ ਉਹਨਾਂ ਦੀ ਤਫਤੀਸ਼ ਕਰਕੇ ਜੋ ਬਣਦੀ ਹੈਗੀ ਆ ਵੀ ਇਹ ਨਾ ਹੋਵੇ, ਸਾਰੀ ਜਾਣਕਾਰੀ ਇਕੱਠੀ ਕਰਕੇ ਵੀ ਮਾਮਲਾ ਹੈ ਕੀ ਆ ਧਿਆਨ 'ਚ ਲੈ ਕੇ ਤਾਂ ਉਹਨਾਂ ਨੇ ਦਰਜ ਕੀਤਾ ਕੀ ਹੋਇਆ ਕੀ ਨਹੀਂ ਤਾਂ ਹੁਣ ਐਸ ਐਚ ਓ ਸਾਹਿਬ ਦੱਸ ਸਕਦੇ ਨੇ ਜ਼ਿਆਦਾ ਤਰੀਕੇ ਨਾਲ। ਨਹੀਂ ਉਹ ਧਵਨ ਪਰਿਵਾਰ ਵੱਜਦਾ ਸੀਗਾ ਉਹ, ਇੱਥੋਂ ਤੱਕ ਜਦੋਂ ਮੈਂ ਗਿਆ ਉਹਨਾਂ ਕੋਲ ਉਹ ਉਹਨਾਂ ਨੇ ਸ਼ਰੇਆਮ ਕਿਹਾ ਵੀ ਜਿਹੜੀ ਅੱਜ ਸਟਿੱਕਰ ਸੀ ਦਿਆਲਪੁਰਾ ਸਾਹਿਬ ਦਾ ਲੱਗ ਗਿਆ। ਅਤੇ ਮੈਂ ਕਿਹਾ ਭਰਾਵਾ ਦਿਆਲਪੁਰਾ ਸਾਹਿਬ ਮੈਂ ਹੀ ਹਾਂ, ਮਤਲਬ ਜਾਣਦੇ ਤੱਕ ਵੀ ਨਹੀਂ ਹੈਗੇ ਮੈਨੂੰ, ਠੀਕ ਆ। ਅਤੇ ਪਤਾ ਨਹੀਂ ਕਿੱਥੋਂ ਕਿਵੇਂ ਸਾਰੀ ਕਹਾਣੀ ਸੀ ਉਹ ਸਾਰਾ ਉਹ ਦੱਸੋਗੇ, ਪਰ ਹਾਂ ਇਸਤੇਮਾਲ ਗਲਤ ਕੀਤਾ ਸੀ ਇਹ ਤਾਂ ਸਹੀ ਗੱਲ ਬਾਤ। ਦੇਖੋ ਹਮੇਸ਼ਾ ਇਹੀ ਗੱਲ ਹੁੰਦੀ ਹੈ, ਮੈਂ ਗੱਲ ਇਹੀ ਕਰਨੀ ਚਾਹੁੰਦਾ, ਹਮੇਸ਼ਾ ਆਪਾਂ ਨੂੰ ਪਤਾ ਹੀ ਆ ਵੀ ਜਿਹੜੀ ਜਦੋਂ ਤੁਸੀਂ ਮਤਲਬ ਹੁੰਦੇ ਹੋ ਸੱਤਾ 'ਚ ਤਾਂ ਤੁਹਾਡੇ ਨਾਂ ਦੀ ਦੁਰਵਰਤੋਂ ਕਰਨ ਵਾਲੇ ਵੀ ਲੋਕ ਬਹੁਤ ਹੁੰਦੇ ਨੇ, ਜਿਵੇਂ ਇਹ ਕਰ ਰਹੇ ਸੀਗੇ ਨਾ, ਹਮੇਸ਼ਾ ਇਹੀ ਕੁਛ ਬਹੁਤ ਚੱਲਦਾ ਹੁੰਦਾ। ਪਰ ਜਦੋਂ ਸਾਡੇ ਧਿਆਨ 'ਚ ਆਉਂਦੀ ਹੈ ਗੱਲ ਤਾਂ ਸਾਡਾ ਫਰਜ਼ ਬਣਦਾ ਉਹਨੂੰ ਜਾ ਕੇ ਰੋਕਣਾ। ਦੱਸਦੀ ਕਿ ਲੁਧਿਆਣਾ ਦੇ ਸੈਕਟਰ 49 ਦੇ ਵਿੱਚ ਪੁਲਿਸ ਨੂੰ ਨਾਲ ਲੈ ਕੇ ਵਿਧਾਇਕ ਨੇ ਰੇਡ ਮਾਰੀ, ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਸ਼ਰਾਰਤੀ ਅਨਸਰਾਂ ਤੇ ਦਸਤਾਵੇਜ਼ ਕੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ, ਪੰਜਾਬੀ ਲੋਕ ਚੈਨਲ।